ਸੋ ਆ ਹੈਗਾ ਜੀ ਵਿਊ ਪੰਜਾ ਸਾਹਿਬ ਸ਼ਹਿਰ ਦਾ ਤੁਸੀਂ ਆ ਦੇਖ ਰਹੇ ਹੋ ਪਹਾੜੀਆਂ ਦੇ ਨਾਲ ਹੈ ਸਾਰਾ ਸ਼ਹਿਰ ਘਿਰਿਆ ਹੋਇਆ ਹੈ ਠੀਕ ਹੈ ਜੀ ਇਸ ਤਰਫ ਵੀ ਪਿੱਛੇ ਵੀ ਪਹਾੜੀ ਹੈਗੀ ਹੈ ਇੱਧਰ ਵੀ ਪਹਾੜੀ ਹੈਗੀ ਹੈ ਇੱਧਰ ਵੀ ਪਹਾੜੀ ਹੈਗੀ ਔਰ ਉਹ ਵਲੀ ਕੰਧਾਰੀ ਦੀ ਜਗ੍ਹਾ ਹੈ ਔਰ ਆ ਪੰਜਾ ਸਾਹਿਬ ਗੁਰਦੁਆਰਾ ਹੈ ਔਰ ਇੱਧਰ ਵੀ ਪਹਾੜੀ ਹੈਗੀ ਹੈ ਕਿਆ ਨਜ਼ਾਰਾ ਹੈ ਜੀ ਸੋ ਲਓ ਜੀ ਆਪਾਂ ਤਿਆਰੀ ਕਰ ਲਈ ਜਾਣ ਦੀ ਔਰ ਆ ਦੇਖੋ ਜੀ ਸਾਡਾ ਮੁੰਡਾ ਬੈਗ ਲੈ ਕੇ ਰੈਡੀ ਹੈ ਜਾਣਾ ਤੂੰ ਤੇ ਬਾਬਾ ਜੀ ਮੈਨੂੰ ਕਹਿੰਦੇ ਤੇਰਾ ਮੁੰਡਾ ਨਹੀਂ ਸਾਡਾ ਮੁੰਡਾ ਠੀਕ ਹੈ ਜੀ ਚਲੋ ਜੀ ਚਲੀਏ ਬੈਗ ਤਿਆਰ ਹੈ ਸੋ ਆਪਾਂ ਆਪਣਾ ਪੰਜਾ ਸਾਹਿਬ ਨੂੰ ਅਲਵਿਦਾ ਕਹਿ ਲਓ ਸਤਿ ਸ਼੍ਰੀ ਅਕਾਲ ਕਹਿ ਲਓ ਰਾਮ ਰਾਮ ਕਹਿ ਲਓ ਸਭ ਕੁਛ ਕਰਕੇ ਚੱਲੇ ਹਾਂ ਬਾਬਾ ਨਾਨਕ ਚਾਹੇਗਾ ਸਾਨੂੰ ਛੇਤੀ ਦੁਬਾਰਾ ਫਿਰ ਬੁਲਾਏਗਾ ਔਰ ਆਪਾਂ ਫਿਰ ਇੱਦਾਂ ਦਰਸ਼ਨ ਮੇਲੇ ਕਰਨ ਆਵਾਂਗੇ ਔਰ ਜੋ ਪਿਆਰ ਸਤਿਕਾਰ ਔਰ ਜੋ ਲੰਗਰ ਦੀ ਸੇਵਾ ਇੱਥੇ ਸਾਨੂੰ ਮਿਲੀ ਨਾ ਪੰਜਾ ਸਾਹਿਬ 'ਚ ਗੁਰਦੁਆਰਾ ਤਾਂ ਉਹ ਇੱਦਾਂ ਦਾ ਲੰਗਰ ਮੈਂ ਅੱਜ ਤੱਕ ਨਹੀਂ ਖਾਧਾ ਇਹ ਸੱਚ ਹੈ ਬਹੁਤ ਗੁਰਦੁਆਰਿਆਂ ਦੇ ਵਿੱਚ ਲੰਗਰ ਦੀ ਸੇਵਾ ਕੀਤੀ ਵੀ ਹੈ ਖਾਧੀ ਵੀ ਬਟ ਇੱਥੇ ਮੈਂ ਕੀਤੀ ਨਹੀਂ ਮੈਂ ਇੱਥੇ ਖਾਧਾ ਜੋ ਸੱਚੀ ਗੱਲ ਹੈ ਸੋ ਆਪਾਂ ਫਿਰ ਇੱਕ ਵਾਰੀ ਨਮਸਕਾਰ ਕਰਦੇ ਤੁਹਾਨੂੰ ਫਿਰ ਇੱਕ ਵਾਰੀ ਜਾਂਦੇ ਹੋਏ ਦਰਸ਼ਨ ਕਰਾਵਾਂਗੇ ਚੈਨਲ 'ਤੇ ਨਵੇਂ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰ ਦਿਓ ਔਰ ਇੱਦਾਂ ਦੀ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਅੱਗੇ ਹੁਣ ਅਸੀਂ ਜਾ ਰਹੇ ਹਾਂ ਪੰਜਾ ਸਾਹਿਬ ਤੁਹਾਨੂੰ ਉੱਥੇ ਦੇ ਵੀ ਦਰਸ਼ਨ ਕਰਾਵਾਂਗੇ ਸੋ ਜਾਂਦੇ ਹੋਏ ਤੁਹਾਨੂੰ ਇੱਕ ਵਾਰੀ ਫਿਰ ਅਸੀਂ ਪੰਜਾ ਸਾਹਿਬ ਹੈਗੇ ਹਾਂ ਨਨਕਾਣਾ ਸਾਹਿਬ ਜਾ ਰਹੇ ਹਾਂ ਉੱਥੇ ਦੇ ਦਰਸ਼ਨ ਕਰਾਵਾਂਗੇ ਜਾਂਦੇ ਹੋਏ ਤੁਹਾਨੂੰ ਇੱਕ ਵਾਰੀ ਫਿਰ ਗੁਰਦੁਆਰਾ ਦਰਸ਼ਨ ਕਰਾਓ ਚੈਨਲ ਸਬਸਕ੍ਰਾਈਬ ਕਰ ਲਓ ਸੋ ਲਓ ਜੀ ਆਪਾਂ ਲਾਸਟ ਦਰਸ਼ਨ ਕਰਨ ਲੱਗੇ ਹਾਂ ਔਰ ਚੱਲਦੇ ਹਾਂ ਚਲੋ ਜੀ ਚਲੋ ਚਲੋ ਲੈਟਸ ਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਹੁਣ ਅਸੀਂ ਤੁਹਾਨੂੰ ਮਿਲਾਂਗੇ ਕਿੱਥੇ ਮਿਲਾਂਗੇ ਜੀ ਨਨਕਾਣਾ ਸਾਹਿਬ ਚਲੋ ਜੀ ਚਲੀਏ ਚਲੋ ਸੋ ਸਾਡਾ ਲਾਂਗਰੀ ਭਰਾ ਜਿਹੜਾ ਸਾਨੂੰ ਉੱਥੇ ਲੰਗਰ ਦੇ ਵਿੱਚ ਸਮੋਸੇ ਵਾਲੇ ਭਾਜੀ ਹੈਲੋ ਤੇ ਇਹਨਾਂ ਨੇ ਸਾਨੂੰ ਸਮੋਸੇ ਬਹੁਤ ਕੁਝ ਖਵਾਇਆ ਆਪਾਂ ਜਾ ਰਹੇ ਹਾਂ ਹੁਣ ਵਾਪਸ ਸਟੇਸ਼ਨ ਵੱਲ ਔਰ ਪੰਜਾ ਸਾਹਿਬ ਸਟੇਸ਼ਨ ਤੇ ਤੁਹਾਨੂੰ ਹੁਣ ਅਗਲੇ ਵਲੌਗ ਦੇ ਵਿੱਚ ਆਪਾਂ ਪੰਜਾ ਸਾਹਿਬ ਦੇ ਸਟੇਸ਼ਨ ਬਾਰੇ ਵੀ ਦੱਸਾਂਗੇ ਸਤਿ ਸ਼੍ਰੀ ਅਕਾਲ ਸੋ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਰ ਦਿਓ ਇਹ ਪਾਕਿਸਤਾਨ ਹੈਗਾ ਜੀ ਠੀਕ ਹੈ ਜੀ ਸਭ ਮਿਲਦੇ ਹਾਂ ਪੰਜਾ ਸਾਹਿਬ ਸਟੇਸ਼ਨ ਸੋ ਸਾਡਾ ਸਵਾਗਤ ਕੀਤਾ ਗਿਆ ਜੀ ਹਸਨ ਅਬਦਾਲ ਰੇਲਵੇ ਸਟੇਸ਼ਨ ਇਹ ਹੈਗਾ ਪੰਜਾ ਸਾਹਿਬ ਜਿੱਥੇ ਪੰਜਾ ਸਾਹਿਬ ਸਾਕਾ ਹੋਇਆ ਟ੍ਰੇਨ ਵਾਲਾ ਸੋ ਇੱਧਰ ਆ ਕਹਿ ਰਿਹਾ ਫਲੈਗ ਲੱਗਾ ਠੀਕ ਹੈ ਜੀ ਤੁਹਾਨੂੰ ਅੱਜ ਪੰਜਾ ਸਾਹਿਬ ਸਟੇਸ਼ਨ ਦਿਖਾਵਾਂਗੇ ਔਰ ਇੱਕ ਤੁਹਾਨੂੰ ਪਿਛਲੇ ਬਲੌਗ ਦੇ ਵਿੱਚ ਵੀ ਦਿਖਾਇਆ ਹੋਣਾ ਇੱਕ ਆਪਾਂ ਟ੍ਰੇਨ ਦਿਖਾਈ ਸੀਗੀ ਇਹਦਾ ਇਹਦਾ ਹੱਥ ਫੜ ਲਾ ਇਹਦਾ ਹੱਥ ਫੜ ਲਾ ਅਤੇ ਪਿਛਲੇ ਟ੍ਰੇਨ ਉਹਦੇ ਵਿੱਚ ਵੀ ਦਿਖਾਇਆ ਸੀਗਾ ਕਿ ਤੁਹਾਨੂੰ ਇਹ ਸਟੀਮ ਇੰਜਨ ਖੜਾ ਹੈ ਠੀਕ ਹੈ ਜੀ ਇਹਦੀ ਹਿਸਟਰੀ ਵਗੈਰਾ ਸਾਰਾ ਕੁਛ ਮੈਂ ਦੱਸਿਆ ਹੋਇਆ ਮੈਂ ਇੱਕ ਵਾਰੀ ਫਿਰ ਤੁਹਾਨੂੰ ਅਪਡੇਟ ਕਰ ਦਿੰਦਾ ਇਹ ਜਿਹੜੀ ਟ੍ਰੇਨ ਖੜਾ ਇੱਕ ਮਿੰਟ ਭਾਜੀ ਇਹ 1920 ਦੇ ਵਿੱਚ ਖੜਾ ਕੀਤਾ ਗਿਆ 1920 ਦਾ ਹੈਗਾ 2020 ਦੇ ਵਿੱਚ ਖੜਾ ਕੀਤਾ ਗਿਆ ਆਹ ਰੇਲਵੇ ਸਟੇਸ਼ਨ ਹੈ ਇੱਥੇ ਦਾ ਔਰ ਬਹੁਤ ਸੋਹਣਾ ਰੇਲਵੇ ਸਟੇਸ਼ਨ ਹੈ ਅੰਦਰ ਜਾ ਕੇ ਤੁਹਾਨੂੰ ਸਾਰਾ ਦਿਖਾਵਾਂਗੇ ਅਸੀਂ ਥੈਂਕ ਯੂ ਸਰ ਤੁਸੀਂ ਬਹੁਤ ਅੱਛੀ ਸਾਡੇ ਮਹਿਮਾਨ ਨਿਵਾਜੀ ਕੀਤੀ ਸਰ ਬਹੁਤ ਵਧੀਆ ਲੱਗਾ ਥੈਂਕ ਯੂ ਜੀ ਸੋ ਆਹ ਇੱਥੇ ਦਾ ਸਟੇਸ਼ਨ ਹੈ ਜੀ ਔਰ ਬਹੁਤ ਵਧੀਆ ਬਣਿਆ ਹੋਇਆ ਹੈ ਫਲੈਗ ਯੈਸ ਫਲੈਗ ਔਰ ਸਾਰਿਆਂ ਦਾ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਆਪਕਾ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਬਹੁਤ ਅੱਛਾ ਲੱਗਾ ਹਮੇ ਥੈਂਕ ਯੂ ਜੀ ਧੰਨਵਾਦ ਧੰਨਵਾਦ ਜੀ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਸੋ ਸਾਰੇ ਖੁਸ਼ ਹੋ ਗਏ ਆ ਜਾ ਰਹੇ ਆ ਜੀ ਔਰ ਬੜੀ ਖੁਸ਼ੀ ਵਾਲੀ ਗੱਲ ਹੈ ਸਰ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਭਾਜੀ ਸੋ ਆਹ ਦੇਖੋ ਜੀ ਇੱਥੇ ਦਾ ਸਟੇਸ਼ਨ ਔਰ ਬਹੁਤ ਵਧੀਆ ਲੱਗਾ ਧੰਨਵਾਦ ਜੀ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਦੇਖੋ ਜੀ ਇੱਕ ਛੋਟੀ ਜੀ ਇਹਨਾਂ ਨੇ ਬਹੁਤ ਵਧੀਆ ਛੋਟੀ ਜੀ ਨਹੀਂ ਬਹੁਤ ਵੱਡੀ ਸੇਵਾ ਕੀਤੀ ਹੈ ਕਿ ਟ੍ਰੇਨ ਦੇ ਵਿੱਚ ਪਾਣੀ ਦੀ ਸੇਵਾ ਖੁੱਲ੍ਹੀ ਕਰਤੀ ਹੈ ਜੀ ਫ੍ਰੀ ਪਾਣੀ ਦੀ ਸੇਵਾ ਹੈ ਨਾ ਜੀ ਫ੍ਰੀ ਪਾਣੀ ਦੀ ਸੇਵਾ ਕਰਤੀ ਹੈ ਅਤੇ ਇਹ ਸੰਘ ਨੂੰ ਚਾਹ ਚੜਿਆ ਟ੍ਰੇਨ ਦਾ ਸੋ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਜੀ ਸੋ ਆਹ ਸਟੇਸ਼ਨ ਹੈ ਇੱਥੇ ਦਾ ਸੁਰਜੀਤ ਭਾਜੀ ਜਿੰਦਾਬਾਦ ਪਾਣੀ ਹੋ ਗਿਆ ਨਾ ਆ ਗਿਆ ਨਾ ਪਾਣੀ ਸਾਡੇ ਕੁਲਵੀਰ ਭਾਜੀ
अपना इंट्रोडक्शन देंदे हुए पहला सारे ही पहचान दे इन्हां नूं, कोई ये पहचान दे मुहताज नहीं है। देख लिया इन्हां नूं, इन्हां ने फिल्म दे विच सिद्धू मूसे वाले दे डैडी दा रोल कीता सीगा। क्या बात है कुलवीर भाजी, किद्दां रिहा तुहाडा? बहुत वधिया वीरे, मैं ਜਿਵੇਂ ਕਹਿੰਦੇ ਨੇ ਸ਼ਬਦ ਬਹੁਤ ਥੋੜੇ ਹੋ ਸਕਦੇ ਨੇ, ਉਹ ਤਾਂ ਚਲੋ ਵਧੀਆ ਹੋ ਗਿਆ। ਛੋਟੀ ਜੀ ਗੱਲ ਇੱਕ ਮਿੰਟ ਦੇ ਵਿੱਚ ਮੁਕਾਣੀ ਆਪਾਂ, ਸਟੇਸ਼ਨ ਬਾਰੇ ਥੋੜਾ ਦੱਸੋ, ਇਹ ਕਿਹੜਾ ਸਟੇਸ਼ਨ ਹੈ? ਮੈਂ ਪਹਿਲਾਂ ਵੀ ਆਪਣੇ ਬਲੌਗ ਦੀ ਵੀ ਗੱਲ ਕਰੀ ਹੈ, ਮੈਂ ਦੁਬਾਰਾ ਦੱਸਣਾ ਚਾਹੂੰਗਾ, ਇਹ ਸਟੇਸ਼ਨ ਕੋਈ ਆਮ ਸਟੇਸ਼ਨ ਨਹੀਂ, ਇਹ ਵੀ ਸਿੱਖਾਂ ਦੀ ਸ਼ਹਾਦਤ ਦੀ ਨਿਸ਼ਾਨੀ ਆ। ਪਹਿਲਾਂ ਇੱਥੇ ਸਟੇਸ਼ਨ ਨਹੀਂ ਸੀ ਹੁੰਦਾ ਜਦੋਂ ਅੰਗਰੇਜ਼ਾਂ ਦਾ ਟਾਈਮ ਸੀਗਾ, ਸਾਡੇ ਕੈਦੀਆਂ ਨੂੰ ਅਰੈਸਟ ਕਰ ਕਰਕੇ ਅੜਕ ਜੇਲ੍ਹ ਦੇ ਵਿੱਚ ਲਿਜਾਇਆ ਜਾ ਰਿਹਾ ਸੀਗਾ। ਇੱਥੋਂ ਦੀ ਸਿੱਖ ਸੰਗਤ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ, ਤਾਂ ਅੰਗਰੇਜ਼ਾਂ ਨੇ ਇਸ ਲਾਈਨ ਦੇ ਉੱਤੇ ਉਹਨਾਂ ਨੂੰ ਰੁਕਣ ਦੀ ਆਗਿਆ ਨਾ ਦਿੱਤੀ, ਤਾਂ ਸਿੰਘ ਇੱਥੇ ਵਿਛ ਗਏ ਕਿ ਅਸੀਂ ਲੰਘਿਆ ਛਕਾਏ ਬਿਨਾਂ ਆਪਣੇ ਭਰਾਵਾਂ ਨੂੰ ਨਹੀਂ ਜਾਣ ਦੇਣਾ, ਤਾਂ ਅੰਗਰੇਜ਼ ਨੇ ਗੱਡੀ ਨਹੀਂ ਰੋਕੀ, ਉਹਨਾਂ ਦੇ ਉੱਤੇ ਜੀ ਲੰਘ ਗਏ। ਜਿਹੜੀ ਆਪਾਂ ਫੋਟੋਆਂ 'ਚ ਦੇਖਦੇ ਹਾਂ ਉਹ ਇਹ ਸਟੇਸ਼ਨ ਹੈ, ਉਹ ਆਹ ਸਟੇਸ਼ਨ ਹੈ ਜੀ, ਇਹ ਹਸਨ ਅਬਦਾਲ ਪੰਜਾ ਸਾਹਿਬ। ਹਾਂ, ਤੇ ਇਹ ਸਟੇਸ਼ਨ ਦੇ ਉੱਤੇ ਹਜ਼ਾਰਾਂ ਸਿੰਘਾਂ ਨੇ 1 ਕਿਲੋਮੀਟਰ ਤੱਕ ਸਿੰਘਾਂ ਨੂੰ ਪੀੜਦੀ ਚਲੇ ਗਈ ਆ ਟ੍ਰੇਨ, ਪਰ ਸਿੰਘਾਂ ਨੇ ਚੀਜ਼ ਨਹੀਂ ਵੱਟੀ, ਆਪਣੇ ਸਾਥੀਆਂ ਨੂੰ ਭੋਜਨ ਛਕਾ ਕੇ ਹਜ਼ਾਰਾਂ ਦੀ ਕੁਰਬਾਨੀ, ਸਾਡੇ ਲੰਗਰ ਦੀ ਇਹ ਮਿਸਾਲਾਂ ਨੇ ਕਿ ਲੰਗਰ ਛਕਾਉਣ ਲਈ ਵੀ ਹਜ਼ਾਰਾਂ ਦੀ ਲਾਈ। ਜਦੋਂ ਅਸੀਂ ਹੁਣ ਦਿੱਲੀ ਦੇ ਵਿੱਚ ਸਾਡਾ ਪੰਗਾ ਪਿਆ, 734 ਸ਼ਹਾਦਤਾਂ ਹੁਣ ਦੇ ਕੇ ਆਇਆ, ਸੋ ਸਾਡੀ ਕੌਮ ਇਹ ਸ਼ਹਾਦਤਾਂ ਦੀ ਕੌਮ ਹੈ, ਸਿੱਖਾਂ ਦੀ ਕੌਮ, ਸ਼ਹਾਦਤਾਂ ਦੀ ਕੌਮ ਆ। ਹਰ ਜਗ੍ਹਾ ਤੇ ਜਾ ਕੇ ਤੁਹਾਨੂੰ ਸਿੱਖਾਂ ਦੀਆਂ ਸ਼ਹਾਦਤਾਂ ਮਿਲਣਗੀਆਂ। ਔਰ ਲੰਗਰ ਦੀ ਸੇਵਾ ਜਿਹੜੀ ਇਹਨਾਂ ਨੇ ਪਾਣੀ ਦੀ ਕੀਤੀ ਹੈ ਉਹਦੇ ਲਈ ਤਾਂ ਪਾਕਿਸਤਾਨ ਦਾ ਧੰਨਵਾਦੀ ਆ। ਪਹਿਲਾਂ ਜਦੋਂ ਅਸੀਂ ਇਸ ਟ੍ਰੇਨ ਦੇ ਵਿੱਚ ਹੀ ਆਏ ਆ, ਇੱਥੇ ਦੁੱਖ ਦੀ ਗੱਲ ਹੈ ਕਿ ਗੁਰੂ ਘਰ ਹੈ ਨਹੀਂ ਆ, ਇਹ ਨਹੀਂ ਹੈਗਾ, ਉਹਨੇ ਯਾਦਗਾਰ ਬਣਾਈ ਗਈ ਆ ਤੇ ਐਤਕੀ ਬਰਸੀ ਵੀ ਮਨਾਈ ਜਾ ਰਹੀ ਹੈ 30 ਅਕਤੂਬਰ। ਸੋ ਜੀ, ਹਸਨ ਅਬਦਾਲ ਪੰਜਾ ਸਾਹਿਬ ਰੇਲਵੇ ਸਟੇਸ਼ਨ, ਇਹਦਾ ਇੰਜਨ ਜਿਹਨੂੰ ਲੋਕੋਮੋਟਿਵ ਵੀ ਕਹਿੰਦੇ ਆ, ਇੰਜਨ 24564 ਔਰ ਸੇਮ ਇੰਡੀਆ ਵਾਂਗੂ ਹੀ ਇੰਜਨ ਹੈਗਾ ਆ, ਲੋਕੋਮੋਟਿਵ ਹੈਗਾ ਆ। ਔਰ ਇੱਧਰ ਜਿੱਦਾਂ ਗਾਰਡ ਦਾ ਬੋਗੀ ਹੁੰਦੀ ਹੈ ਸੇਮ, ਉਹਦੇ ਗਾਰਡ ਦੀ ਫਿਰ ਲਗੇਜ ਦੀ, ਠੀਕ ਹੈ ਜੀ, ਬਟ ਲਗੇਜ ਦੇ ਵਿੱਚ ਖਾਲੀ ਪਿਆ, ਲਗੇਜ ਸਾਡੇ ਨਾਲ ਹੀ ਹੈ, ਜਾ ਟ੍ਰੇਨ ਹੈ ਜੀ ਆਪਣੀ। ਸੋ ਸਾਧ ਸੰਗਤ ਨੂੰ ਸਰ ਤੁਹਾਨੂੰ ਕਿੱਦਾਂ ਦਰਸ਼ਨ ਕਿੱਦਾਂ ਹੋਏ ਜੀ? ਵਧੀਆ ਲੱਗਾ ਜੀ ਸਾਰਾ ਕੁਛ ਇੱਥੇ ਆ ਕੇ? ਬਹੁਤ ਵਧੀਆ ਲੱਗਾ। ਬਹੁਤ, ਤੁਹਾਨੂੰ ਕਿੱਦਾਂ ਲੱਗਾ ਜੀ? ਕਿਰਪਾ ਰਹੀ ਬਾਬੇ ਨਾਨਕ ਦੀ ਪੂਰੀ। ਕਿਆ ਬਾਤ ਹੈ ਜੀ, ਕਿਆ ਬਾਤ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਸਾਧ ਸੰਗਤ ਨੂੰ ਪੁੱਛਾਂਗੇ ਕਿੱਥੋਂ ਆਏ ਜੀ ਤੁਸੀਂ, ਕਿੱਦਾਂ ਲੱਗਾ ਤੁਹਾਨੂੰ ਇੱਥੇ ਆ ਕੇ? ਬਹੁਤ ਵਧੀਆ ਲੱਗਾ ਜੀ, ਖੁੱਲੇ ਦਰਸ਼ਨ ਹੋਏ, ਬਹੁਤ ਵਧੀਆ, ਠੀਕ ਹੈ ਜੀ, ਧੰਨਵਾਦ ਜੀ। ਸੋ ਬਾਕੀ ਸਾਧ ਸੰਗਤ ਨੂੰ ਪੁੱਛਿਆ ਕਿੱਦਾਂ ਦਰਸ਼ਨ ਰਹੇ ਜੀ ਤੁਹਾਡੇ ਇੱਥੇ? ਖੁੱਲੇ ਦਰਸ਼ਨ ਹੋਏ ਜੀ, ਕੋਈ ਕਮੀ ਪੇਸ਼ੀ? ਲੰਗਰ ਨੇ ਤਾਂ ਧੰਨ ਧੰਨ ਕਰਾਈ ਹੋ ਸੀਗੀ, ਸਹੀ ਕਿਹਾ ਜੀ ਮੈਂ, ਲੰਗਰ ਤਾਂ ਖੁੱਲਾ ਹੀ ਸੀਗਾ। ਕਿੱਥੋਂ ਆਏ ਤੁਸੀਂ ਭਾਜੀ? ਫਾਜ਼ਿਲਕਾ ਤੋਂ, ਕਿਆ ਬਾਤ ਹੈ। ਸੋ ਕਿੱਦਾਂ ਰਹੇ ਜੀ ਤੁਹਾਡੇ ਦਰਸ਼ਨ ਸਾਰਿਆਂ ਦੇ ਜੀ? ਬਹੁਤ ਵਧੀਆ ਰਹੇ, ਖੁੱਲੇ ਦਰਸ਼ਨ ਹੋਏ, ਠੀਕ ਹੈ ਜੀ, ਧੰਨਵਾਦ ਜੀ। ਸਰ ਵਧੀਆ ਰਿਹਾ ਦਰਸ਼ਨ ਤੁਹਾਡੇ? ਸੋ ਸਾਰੇ ਸਾਥ ਸਰ ਕਿੱਦਾਂ ਰਿਹਾ ਜੀ ਤਾਂ ਅੰਕਲ ਜੀ ਤੁਹਾਡੇ ਦਰਸ਼ਨ? ਵਧੀਆ ਰਹੇ, ਕੋਈ ਕਮੀ ਪੇਸ਼ੀ? ਪੂਰੀ ਕਿਰਪਾ ਸੀਗੀ, ਪੂਰੀ ਕਿਰਪਾ। ਤੇ ਭਾਜੀ ਆ ਗਏ ਤੁਸੀਂ, ਤੇ ਕਿੱਦਾਂ ਰਹੇ ਤੁਹਾਡੇ ਦਰਸ਼ਨ? ਸੋ ਸਾਧ ਸੰਗਤ ਨੂੰ ਪੁੱਛਾਂਗੇ ਅੰਕਲ ਜੀ ਕਿੱਦਾਂ ਰਿਹਾ ਤੁਹਾਡੇ ਦਰਸ਼ਨ, ਕਿੱਦਾਂ ਰਹੇ ਭਾਜੀ? ਓਕੇ, ਤਾਂ ਹੁਣ ਵਾਪਸ ਹੀ ਪੰਜਾ ਸਾਹਿਬ, ਨਨਕਾਣਾ ਸਾਹਿਬ, ਠੀਕ ਹੈ ਜੀ, ਧੰਨਵਾਦ, ਧੰਨਵਾਦ ਜੀ, ਚੱਲਦੇ ਤੁਹਾਡੇ ਨਾਲ, ਚਲੋ 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 ਜੀ, ਚਲੋ ਜੀ ਚਲੋ। ਸੋ ਕਿੱਦਾਂ ਰਹੇ ਜੀ ਦਰਸ਼ਨ ਤੁਹਾਡੇ? ਬਹੁਤ ਵਧੀਆ ਰਹੇ, ਖੁੱਲੇ ਦਰਸ਼ਨ ਹੋਏ, ਕੋਈ ਕਮੀ ਪੇਸ਼ੀ? ਆਂਟੀ ਜੀ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਹੋਈ? ਚਲੋ ਚੜ੍ਹਦੀ ਕਲਾ ਚ ਰਹੋ ਜੀ, ਔਰ ਏਦਾਂ ਹੀ ਬਾਬਾ ਨਾਨਕ ਦਰਸ਼ਨ ਦਿੰਦੇ ਰਹੋ। ਅੱਛਾ ਆਂਟੀ, ਆਪਣੇ ਮਾਵਾਂ ਨਾ ਪੁੱਤਾਂ ਤੋਂ ਹੀ ਤੰਗ ਹੁੰਦੀਆਂ, ਸਹੀ ਕਿਹਾ ਨਾ ਜੀ ਮੈਂ, ਮਾਵਾਂ ਪੁੱਤਾਂ ਤੋਂ ਹੀ ਤੰਗ ਹੁੰਦੀਆਂ। ਸੋ ਸਾਧ ਸੰਗਤ ਇੱਧਰ ਵੀ ਬੈਠੀ ਹੈ ਜੀ, ਕਿੱਦਾਂ ਰਹੇ ਤੁਹਾਡੇ? ਛੋਟੂ ਕਿੱਦਾਂ ਰਹੇ ਦਰਸ਼ਨ? ਮਜ਼ਾ ਕੀਤਾ, ਪੂਰਾ ਫੁੱਲ ਇੰਜੋਏ ਕੀਤਾ? ਤੁਸੀਂ ਥੋੜੇ ਜਿਹੇ ਪਰੇਸ਼ਾਨ ਹੋਏ, ਬਟ ਮੈਂ ਗੱਲ ਕਵਾਂਗਾ, ਹੁਣ ਬਾਬੇ ਦੇ ਘਰ ਚੱਲੇ, ਇੱਕ ਵਾਰੀ ਨਾ ਜ਼ੋਰ ਦੀ ਜਕਾਰਾ ਛੱਡ ਕੇ ਟ੍ਰੇਨ ਚਾਲੂ ਕਰਾ ਦਿਓ, ਪਤਾ ਲੱਗਣਾ ਚਾਹੀਦਾ ਕਿ ਗਰਾਇਆ ਤੋਂ ਸਿੰਘਣੀ ਆਈ ਹੈ। ਸਾਰੇ ਬਜ਼ੁਰਗੋ ਕਿੱਦਾਂ ਰਹੇ ਜੀ ਦਰਸ਼ਨ ਤੁਹਾਡੇ? ਬਹੁਤ ਸੋਹਣੇ ਰਹੇ, ਚੜ੍ਹਦੀ ਕਲਾ ਰਹੇ। ਕਿੱਥੋਂ ਆਏ ਜੀ ਤੁਸੀਂ? ਮੋਗੇ ਤੋਂ ਆਇਓ? ਕਿਆ ਬਾਤ ਹੈ ਜੀ, ਕੁਰਕਸ਼ੇਤਰ ਵਾਲੇ ਕੌਣ ਸੇ ਗਾਮ ਕੇ ਆਏ ਹੋ? ਕੌਣ ਸੇ ਗਾਮ ਕੇ ਅੰਕਲ ਜੀ? ਸ਼ਾਹਬਾਦ ਮਾਰਕੰਡਾ ਗਏ ਹੋ, ਮੈਂ ਪਾਣੀ ਪਤਕਾਉਂ। ਕਿੱਦਾਂ ਰਹੇ ਬਾਬਾ ਜੀ ਦਰਸ਼ਨ? ਬਹੁਤ ਵਧੀਆ ਦਰਸ਼ਨ, ਕਿੱਦਾਂ ਰਹੇ ਸਰ ਦਰਸ਼ਨ? ਬਹੁਤ ਵਧੀਆ, ਕਿੱਦਾਂ ਰਹੇ ਅੰਕਲ ਜੀ? ਠੀਕ ਹੈ ਜੀ। ਸੋ ਇੱਧਰ ਬਜ਼ੁਰਗ ਆਪਸ ਚ ਗੱਲਾਂ ਕਰ ਰਹੇ ਆ, ਕਿੱਦਾਂ ਰਹੇ ਦਰਸ਼ਨ ਜੀ ਤੁਹਾਡੇ? ਵਧੀਆ ਰਹੇ, ਚਲੋ ਕੋਈ ਨੀ, ਇਹ ਵੀ ਬਾਬੇ ਨਾਨਕ ਦੀ ਕਿਰਪਾ ਹੈ ਜੀ, ਇਹ ਵੀ ਬਾਬੇ ਨਾਨਕ ਦੀ ਕਿਰਪਾ ਹੈ।
हाँ सीट मिल गई कुलवीर भाजी तुहाडे दर्शन किदां रहे मैं पहले डब्बे तो लैके आखिरी डब्बे तक लैके जा रहा तुसी मिस हो जाना सीगा तुसी बोल पे और भाई सोनू भाजी किदां रहा दर्शन कृपा रही पूरी पानी आ गया ना करांगे होर पक्के पेपर ना पानी लिया होर काम करांगे हुण जांदे जांदे भी करांगे बिल्कुल करांगे थैंक यू तो भाई किदां रहे दर्शन जी बहुत वधिया रहे सीट तो परेशान हो गए ठीक है सो तुहाडे किदा दर्शन रहे जी थैंक यू वेरी मच जी हाँ जी आ गया बेटा मैं।